सहयोग के नाल सतगुरां दा प्रकाश उत्सव मनाउण दा परिवार ने उपराला किया है। भाई गुरदास साहब जी कहिंदे ने ऐसे गुरसिखां तों मैं सदके जावां जिहड़े गुरसिख
ਸ਼ਰਧਾ ਨਾਲ, ਪਿਆਰ ਨਾਲ, ਭਾਵਨਾ ਨਾਲ ਸਤਿਗੁਰਾਂ ਦੇ ਗੁਰਪੁਰਬ ਮਨਾਉਂਦੇ ਨੇ। ਕਿਉਂਕਿ ਸਤਿਗੁਰਾਂ ਦਾ ਅਸੀਂ ਦੇਣ ਕਦੇ ਦੇ ਨਹੀਂ ਸਕਦੇ। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਸਭ ਕੁਛ ਸਾਡੇ ਤੋਂ ਨਿਸ਼ਾਵਰ ਕੀਤਾ ਹੋਵੇ, ਉਹਨਾਂ ਦਾ ਕਰਜ਼ ਅਸੀਂ ਕਿਵੇਂ ਉਤਾਰ ਸਕਦੇ ਹਾਂ। ਸਤ ਸੰਗਤ, ਸਤਿਗੁਰਾਂ ਦੇ ਬੜੇ ਪਿਆਰੇ ਬਚਨ ਨੇ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਉਹ ਪਿਤਾ ਵੀ ਧੰਨ, ਉਹ ਕੁਲ ਵੀ ਧੰਨ, ਉਹ ਜਨਨੀ ਜਨਮ ਦੇਣ ਵਾਲੀ ਮਾਤਾ ਵੀ ਧੰਨਤਾ ਯੋਗ ਏ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ, ਜਿਨ੍ਹਾਂ ਡਿੱਠਾ ਤਿਨ੍ਹਾਂ ਲੈ ਛਡਾਏ। ਸਤ ਸੰਗਤ, ਵਿਦਵਾਨਾਂ ਨੇ ਇੱਕ ਗੱਲ ਕਹੀ ਏ ਕਿ ਜਨਨੀ ਜਨਤ ਭਗਤ ਜਨ ਕਹਿ ਦਾਤਾ ਕਹਿ ਸੂਰ, ਨਾਹੇ ਤਾਂ ਜਨਨੀ ਬਾਜ ਰਹੇ ਕਾਹੇ ਗਵਾਵੈ ਨੂਰ। ਕਹਿੰਦੇ ਜਨਮ ਦੇਣ ਵਾਲੀ ਮਾਂ ਐਸੇ ਪੁੱਤਰ ਨੂੰ ਜਨਮ ਦੇਵੇ ਜਿਹਦੇ ਚ ਇਹ ਗੁਣ ਹੋਣ। ਜਨਨੀ ਜਨਤ ਭਗਤ ਜਨ, ਜਾਂ ਤੱਕ ਸੇ ਭਗਤ ਨੂੰ ਜਨਮ ਦੇਵੇ ਫਿਰ ਉਹ ਮਾਂ ਦੀ ਕੁੱਖ ਸਪਦੀ, ਜਾਂ ਫਿਰ ਕਿਸੇ ਸੂਰਮੇ ਨੂੰ ਜਨਮ ਦੇਵੇ ਜੋ ਜ਼ੁਲਮ ਦੇ ਖਿਲਾਫ ਲੜ ਸਕੇ, ਫਤਿਹ ਪਾਵੇ, ਤਾਂ ਮਾਂ ਦੀ ਕੁੱਖ ਸਫਲੀ ਏ। ਜਨਨੀ ਜਨਨ ਦਾ ਭਗਤ ਜਨ ਕਹਿ ਦਾਤਾ ਕਹਿ ਸੂਰ, ਤੇ ਜਾਂ ਫਿਰ ਕਿਸੇ ਦਾਨੀ ਨੂੰ ਜਨਮ ਦੇਵੇ ਜਿਹੜਾ ਲੋੜਵੰਦਾਂ ਦੀ ਸੇਵਾ ਕਰਨ ਚ ਅੱਗੇ ਹੋਵੇ। ਕਹਿਣ ਲੱਗੇ ਤਾਂ ਮਾਤਾ ਦੀ ਕੁੱਖ ਸਫਲੀ ਏ, ਪਰ ਧੰਨ ਮਾਤਾ ਗੁਜਰ ਕੌਰ ਸਾਹਿਬ ਜਿਨ੍ਹਾਂ ਨੇ ਐਸੇ ਪੁੱਤ ਨੂੰ ਜਨਮ ਦਿੱਤਾ ਹੈ, ਐਸੇ ਮਹਾਨ ਗੁਰੂ ਨੂੰ ਜਨਮ ਦਿੱਤਾ ਹੈ ਜਿਹਦੇ ਵਿੱਚ ਸਾਰੇ ਸੰਪੂਰਨ ਗੁਣ ਨੇ, ਕੋਈ ਐਸਾ ਗੁਣ ਨਹੀਂ ਜਿਹੜਾ ਤਲਵੀਧਰ ਗੁਰੂ ਗੋਬਿੰਦ ਸਿੰਘ ਵਿੱਚ ਨਾ ਹੋਵੇ। ਕਿਸੇ ਪੱਖ ਤੋਂ ਤੁਸੀਂ ਸਤਿਗੁਰਾਂ ਦਾ ਇਤਿਹਾਸ ਪੜ੍ਹੋ, ਭਗਤੀ ਦੇ ਪੱਖ ਤੋਂ, ਸੂਰਮ ਗਤੀ ਦੇ ਪੱਖ ਤੋਂ, ਦਾਨੀ ਕੋਈ ਅੱਜ ਤੱਕ ਉਹਨਾਂ ਵਰਗਾ ਦੁਨੀਆਂ ਤੇ ਨਹੀਂ ਹੋਇਆ। ਸਤਿ ਸੰਗਤ, ਕਵੀਆਂ ਦੇ ਵਿੱਚੋਂ ਸਭ ਤੋਂ ਸ੍ਰੇਸ਼ਟ ਕਵੀ ਕਿਹੜੇ ਕਿਹੜੇ ਗੁਣ ਉਹਨਾਂ ਦੇ ਕਹੀਏ, ਇਹ ਜੀਭ ਛੋਟੀ ਏ ਪਰ ਉਹਨਾਂ ਦੇ ਗੁਣ ਨਹੀਂ ਕਹਿ ਜਾ ਸਕਦੇ। ਇਹ ਗੱਲ ਕਹਿਣੀ ਯੋਗ ਏ ਜੇ ਵਾ ਏਕ ਕਵਣ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸਵਾਮੀ ਤੇਰਾ ਅੰਤ ਨਾ ਕਿਨਹੀਂ ਰਹੀ ਹੈ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ। ਸਤ ਸੰਗਤ, ਸਾਰੀ ਸ਼ਕਤੀ ਨਾਮ ਦੇ ਵਿੱਚ, ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ। ਨਾਮ ਅਸੀਂ ਵੀ ਜਪ ਸਕਦੇ ਹਾਂ, ਸਾਨੂੰ ਵੀ ਰੱਬ ਨੇ ਜੀਭ ਦਿੱਤੀ ਹੈ, ਸਾਨੂੰ ਵੀ ਸਰੀਰ ਦਿੱਤਾ ਹੈ, ਸਾਡੇ ਅੰਦਰ ਵਾਹਿਗੁਰੂ ਜੀ ਨੇ ਆਪਣੀ ਜੋਤ ਰੱਖੀ ਹੈ। ਇਹ ਨਾਮ ਕੋਈ ਵੀ ਜਪ ਸਕਦਾ ਹੈ। ਜਿਨ੍ਹਾਂ ਨੇ ਨਾਮ ਦੀ ਕਮਾਈ ਕਰ ਲਈ ਉਹਨਾਂ ਦੇ ਵਿੱਚ ਤੇ ਪਰਮੇਸ਼ਰ ਚ ਅੰਤਰ ਨਹੀਂ ਰਿਹਾ। ਨਾਮ ਸਿਮਰਨ ਕਰਦਿਆਂ ਕਰਦਿਆਂ, ਭਗਤੀ ਕਰਦਿਆਂ ਕਰਦਿਆਂ, ਇਹ ਨਾਮ ਦੀ ਤਾਕਤ ਨੇ, ਨਾਮ ਦੀ ਸ਼ਕਤੀ ਨੇ, ਜਿਹਨੇ ਨਾਮ ਜਪਿਆ ਉਹਨੂੰ ਪਰਮਾਤਮਾ ਤੱਕ ਪਹੁੰਚਾ ਦਿੱਤਾ। ਜੇਕਰ ਵਾਹਿਗੁਰੂ ਪਰਮੇਸ਼ਰ ਖੁਸ਼ ਹੁੰਦਾ ਹੈ, ਰੀਝਦਾ ਹੈ
ਕਿਸੇ ਤੇ ਪ੍ਰਸੰਨ ਹੁੰਦਾ ਹੈ ਤੇ ਸਾਧ ਸੰਗਤ ਭਗਤੀ ਕਰਕੇ ਹੁੰਦਾ, ਭਗਤੀ ਕਰਕੇ। ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਨੇ ਬੜੀ ਭਗਤੀ ਕੀਤੀ ਹੈ, ਐਵੇਂ ਅਕਾਲ ਪੁਰਖ ਨੇ ਉਹਨਾਂ ਨੂੰ ਆਪਣਾ ਰੂਪ ਦੇ ਕੇ ਇਹ ਕਲਯੁਗ ਨੂੰ ਤਾਰਨ ਵਾਸਤੇ, ਕਲਯੁਗ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਇਹ ਮਾਤ ਲੋਕ ਤੇ ਵੀ ਭੇਜਿਆ। ਉਹਨਾਂ ਦੀ ਵੀ ਬੜੀ ਕਠਿਨ ਭਜਨ ਬਦਲੀ ਸੀ। ਆਪਾਂ ਭਾਈ ਗੁਰਦਾਸ ਸਾਹਿਬ ਤੋਂ ਪੁੱਛੀਏ, ਉਹ ਕਹਿੰਦੇ ਰੇਤ ਅੱਕ ਰੇਤ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡਾ ਭਾਗ ਹਰ ਸਿਓ ਬਣ ਆਈ। ਇੰਨੀ ਵੱਡੀ ਤਪੱਸਿਆ ਕੀਤੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਤੇ ਪਰਮੇਸ਼ਰ ਚ ਕੋਈ ਅੰਤਰ ਨਾ ਰਿਹਾ। ਸਾਰੀਆਂ ਸ਼ਕਤੀਆਂ ਦੇ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਰੂਪ ਦੇ ਕੇ ਕਿ ਤੁਸੀਂ ਗੁਰ ਪਰਮੇਸ਼ਰ, ਅਸੀਂ ਪਾਰ ਬ੍ਰਹਮ ਪਰਮੇਸ਼ਰ, ਇਹ ਬਚਨ ਕਰਕੇ ਇਹ ਮਾਤ ਲੋਕ ਤੇ ਗੁਰੂ ਨਾਨਕ ਸਾਹਿਬ ਨੂੰ ਆਪਣੀਆਂ ਬਖਸ਼ਿਸ਼ਾਂ ਦੇ ਕੇ ਭੇਜਿਆ। ਤੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਆਪਣੀ ਕਲਮ ਦੇ ਨਾਲ ਸਾਰਾ ਕੁਝ ਲਿਖਿਆ ਕਿ ਅਸੀਂ ਕਿਹੜੀ ਜਗ੍ਹਾ ਤੇ ਬੰਦਗੀ ਕੀਤੀ, ਕਿੱਥੇ ਭਜਨ ਸਿਮਰਨ ਕੀਤਾ। ਉਹ ਭਜਨ ਸਿਮਰਨ ਕਰਨ ਦੇ ਨਾਲ ਇੱਕ ਦਿਨ ਭਾਗਾ ਵਾਲਾ ਦਿਨ ਆਇਆ ਜਦੋਂ ਸਾਡੇ ਵਿੱਚ ਤੇ ਵਾਹਿਗੁਰੂ ਵਿੱਚ ਕੋਈ ਅੰਤਰ ਨਾ ਰਿਹਾ। ਇਹ ਬੰਦਗੀ ਦੀ ਅਖੀਰਲੀ ਮੰਜ਼ਿਲ ਹੀ ਇਹੀ ਹੈ। ਭਗਤ ਕਬੀਰ ਜੀ ਨੇ ਵੀ ਇਸੇ ਗੱਲ ਨੂੰ ਦੱਸਿਆ ਕਿ ਭਗਤੀ ਕਰਦਿਆਂ ਕਰਦਿਆਂ ਅਸੀਂ ਵਾਹਿਗੁਰੂ ਵਿੱਚ ਇੱਕਮਿੱਕ ਹੋ ਗਏ। ਉਹਨਾਂ ਦੇ ਬਚਨ ਵੀ ਆਪਾਂ ਗੁਰੂ ਕੀ ਬਾਣੀ ਚ ਪੜ੍ਹਦੇ ਹਾਂ। ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ। ਸਤ ਸੰਗਤ, ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਨਾ, ਇਸ ਤਰ੍ਹਾਂ ਰੱਬ ਦੇ ਪਿਆਰੇ ਵਾਹਿਗੁਰੂ ਵਿੱਚ ਮਿਲ ਜਾਂਦੇ ਨੇ। ਭਾਵੇਂ ਸਰੀਰ ਉਹਨਾਂ ਦਾ ਆਪਣੇ ਵਰਗਾ ਹੁੰਦਾ ਹੈ, ਪਰ ਜਿਹੜੀ ਉਹਨਾਂ ਦੀ ਅੰਦਰ ਦੀ ਅਵਸਥਾ ਹੁੰਦੀ ਹੈ ਨਾ, ਉਹ ਵਾਹਿਗੁਰੂ ਦੇ ਵਿੱਚ ਅਭੇਦ ਹੋਈਆਂ ਆਤਮਾ ਹੁੰਦੀਆਂ ਨੇ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਹੀ ਬੜੇ ਅਨਮੋਲਕ ਬਚਨ ਕੀਤੇ ਨੇ। ਹਰ ਹਰ ਜਨ ਦੋਈ ਏਕ ਹੈ, ਕਹਿੰਦੇ ਹਰੀ ਤੇ ਹਰੀ ਦਾ ਜਨ, ਹਰੀ ਦਾ ਸੇਵਕ, ਹਰੀ ਦੀ ਭਗਤੀ ਕਰਨ ਵਾਲਾ, ਕਹਿੰਦੇ ਉਹ ਇੱਕ ਹੋ ਜਾਂਦੇ ਨੇ, ਇੱਕਮਿੱਕ ਹੋ ਜਾਂਦੇ ਨੇ। ਹਰ ਹਰ ਜਨ ਦੁਇ ਏਕ ਹੈ, ਬਿਬ ਵਿਚਾਰ ਕਛ ਨਾਹੀ। ਬਿਬ ਕਹਿੰਦੇ ਨੇ ਦੋ ਨੂੰ, ਕਹਿੰਦੇ ਦੋਨਾਂ ਗੱਲ ਹੀ ਖਤਮ ਹੋ ਜਾਂਦੀ। ਅੱਗੇ ਦ੍ਰਿਸ਼ਟਾਂਤ ਦਿੰਦੇ ਨੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੈ ਸਮਾਏ। ਜਿਵੇਂ ਪਾਣੀ ਤੋਂ ਤਰੰਗਾਂ ਲਹਿਰਾਂ ਉੱਠਦੀਆਂ ਨੇ ਤੇ ਉਹ ਪਾਣੀ ਵਿੱਚ ਮਿਲ ਕੇ ਨਾ ਪਾਣੀ ਦੇ ਰੂਪ ਹੋ ਜਾਂਦੀਆਂ ਨੇ। ਕਹਿੰਦੇ ਰੱਬ ਦੇ ਪਿਆਰੇ ਵਾਹਿਗੁਰੂ ਦੇ ਵਿੱਚੋਂ ਹੀ ਪ੍ਰਗਟ ਹੁੰਦੇ ਨੇ ਤੇ ਉਹਦੀ ਬੰਦਗੀ ਕਰਕੇ, ਸਾਰਾ ਜੀਵਨ ਸਿਮਰਨ ਕਰਕੇ ਤੇ ਸਾਧ ਸੰਗਤ ਭਜਨ ਸਿਮਰਨ ਦੇ ਪ੍ਰਤਾਪ ਦੇ ਨਾਲ ਉਹ ਉਸ ਮਾਲਕ ਦੇ ਵਿੱਚ ਜਾ ਕੇ ਇੱਕਮਿੱਕ ਹੋ ਜਾਂਦੇ ਨੇ। ਹਰੇਕ ਭਗਤਾਂ ਨੇ ਇਹ ਗੱਲ ਆਪਣੇ ਜੀਵਨ ਦੀ ਲਿਖੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਸਤਿਗੁਰੂ ਜੀ ਨੇ ਵਿਚਿੱਤਰ ਨਾਟਕ ਦੇ ਵਿੱਚ ਇਹ ਸਾਰਾ ਕੁਝ ਆਪਣੀ ਕਲਮ ਦੇ ਨਾਲ ਲਿਖਿਆ। ਅਸੀਂ ਕਿਹੜੀ ਜਗ੍ਹਾ ਤੇ ਭਜਨ ਬੰਦਗੀ ਕੀਤੀ, ਕਿਵੇਂ ਸਾਡਾ ਵਾਹਿਗੁਰੂ ਨਾਲ ਮਿਲਾਪ ਹੋਇਆ,
ਉਸ ਅਕਾਲ ਪੁਰਖ ਨਾਲ ਕਿਹੜੇ ਕਿਹੜੇ ਸਾਡੇ ਬਚਨ ਬਿਲਾਸ ਹੋਏ, ਉਸ ਵਾਹਿਗੁਰੂ ਜੀ ਨੇ ਸਾਨੂੰ ਕਿਵੇਂ ਇਸ ਮਾਤ ਲੋਕ ਤੇ ਭੇਜਿਆ, ਉਸ ਵਾਹਿਗੁਰੂ ਅਕਾਲ ਪੁਰਖ ਨੇ ਸਾਡੀ ਕਿਹੜੀ ਕਿਹੜੀ ਡਿਊਟੀ ਲਗਾ ਕੇ ਇੱਥੇ ਭੇਜਿਆ, ਕਿਹੜੇ ਕਾਰਜ ਆ ਕੇ ਕਰਨੇ ਨੇ, ਉਹ ਵੀ ਸਤਿਗੁਰਾਂ ਨੇ ਆਪਣੀ ਕਲਮ ਦੇ ਨਾਲ ਸਾਰਾ ਕੁਛ ਆਪ ਲਿਖਿਆ। ਹਜ਼ੂਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਨੇ, ਅਬ ਮੈਂ ਆਪਣੀ ਕਥਾ ਬਖਾਨੋ। ਇਹ ਪਿਆਰਿਓ, ਉਹ ਮੈਂ ਤੁਹਾਨੂੰ ਅਸੀਂ ਆਪਣੇ ਪਿਛਲੇ ਜੀਵਨ ਦੀ, ਪੂਰਬਲੇ ਜੀਵਨ ਦੀ ਕਥਾ ਦਾ ਵਖਿਆਨ ਕਰਕੇ ਦੱਸਣੇ ਆ। ਇਹਦੇ ਨਾਲ ਇੱਕ ਤਾਂ ਇਹ ਹੈ ਕਿ ਸਿੰਘਾਂ ਨੂੰ ਉਤਸ਼ਾਹ ਮਿਲਦਾ ਹੈ ਕਿ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੰਨੀ ਵੱਡੀ ਨਾਮ ਦੀ ਕਮਾਈ ਕੀਤੀ, ਅਸੀਂ ਵੀ ਵੱਧ ਤੋਂ ਵੱਧ ਸਿਮਰਨ ਕਰੀਏ, ਵੱਧ ਤੋਂ ਵੱਧ ਨਾਮ ਜਪੀਏ, ਵੱਧ ਤੋਂ ਵੱਧ ਬਾਣੀ ਪੜ੍ਹੀਏ, ਵੱਧ ਤੋਂ ਵੱਧ ਨਿਤਨੇਮ ਕਰੀਏ। ਸਤਿਸੰਗ ਜੀ ਦਾਸ ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਡਰਾਂਵਾਲੇ ਦੇ ਨਾਲ ਸੀ ਤੇ 40 ਸਿੰਘ ਐਸੇ ਸਨ ਜਿਹੜੇ 101 ਪਾਠ ਜਪਜੀ ਸਾਹਿਬ ਦਾ ਰੋਜ਼ ਕਰਦੇ ਸੀ। ਆਪਣਾ ਨਿਤਨੇਮ ਵੱਖਰਾ, ਔਰ ਸੰਤਾਂ ਨੇ ਆਪ ਉਹਨਾਂ ਦੇ ਖਾਣ ਪੀਣ ਦਾ, ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਸੰਤ ਆਪ ਦੇਖਦੇ ਸਨ ਕਿ ਬਾਣੀ ਪੜ੍ਹਨ ਕੇ ਡਿਸਟਰਬ ਨਾ ਹੋਣ। ਜੇਕਰ ਸੰਤ ਜਰਨੈਲ ਸਿੰਘ ਜੀ ਦਾ ਜੀਵਨ ਉੱਚਾ ਸੀ ਨਾ, ਤੇ ਉਹਨੂੰ ਦੇਖ ਕੇ ਸਿੰਘ ਵੀ ਚੜ੍ਹਦੀ ਕਲਾ ਚ ਜਾਂਦੇ ਸੀ, ਕਿਉਂਕਿ ਜਿਵੇਂ ਆਪਾਂ ਜੈਸੀ ਸੰਗਤ ਵੈਸੀ ਰੰਗਤ ਦਾ ਅਸਰ ਪੈਂਦਾ ਹੈ। ਉਹ ਸਾਰੀ ਰਾਤ ਸਾਰਾ ਦਿਨ ਮੁੱਖ ਚ ਜਪਜੀ ਸਾਹਿਬ ਦੇ ਪਾਠ ਹੀ ਰੱਖਦੇ ਸੀ। ਐਵੇਂ ਨੀ ਕੁਰਬਾਨੀਆਂ ਹੁੰਦੀਆਂ, ਇਹ ਨਾਮ ਦੀ ਸਾਰੀ ਸ਼ਕਤੀ ਦਾਸ ਬੇਨਤੀ ਕਰ ਰਿਹਾ ਹੈ। ਜਦੋਂ ਨਾਮ ਦਾ ਰੰਗ ਆਤਮਾ ਨੂੰ ਚੜ੍ਹ ਜਾਂਦਾ ਨਾ, ਨਾਮ ਦਾ ਆਨੰਦ ਹਿਰਦੇ ਚ ਪ੍ਰਾਪਤ ਹੋ ਜਾਂਦਾ ਹੈ, ਫਿਰ ਮਰਜੀਵੜੇ ਤਿਆਰ ਹੁੰਦੇ ਨੇ। ਖੰਡੇ ਬਾਟੇ ਦੇ ਅੰਮ੍ਰਿਤ ਵਿੱਚ ਵੀ ਸਤਿਗੁਰਾਂ ਨੇ ਨਾਮ ਅੰਮ੍ਰਿਤ ਪਾਇਆ ਹੈ। ਸਤਿਗੁਰੂ ਕਹਿਣ ਲੱਗੇ, ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜੇ ਵਿਦ ਹੋਏ ਆਨੋ। ਕਿਵੇਂ ਅਸੀਂ ਇਹ ਭਗਤੀ ਕੀਤੀ? ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸ਼ੋਭਤ ਹੈ ਤਾਂ। ਨਿਸ਼ਾਨੀਆਂ ਦੱਸੀਆਂ ਉਸ ਪਹਾੜ ਦੀਆਂ ਕਿ ਜਿੱਥੇ ਅਸੀਂ ਵਾਹਿਗੁਰੂ ਦੀ ਬੰਦਗੀ ਕੀਤੀ ਹੈ, ਉਹਨੂੰ ਹੇਮਕੁੰਟ ਪਰਬਤ ਕਹਿੰਦੇ ਨੇ। ਹੇਮ ਕਹਿੰਦੇ ਨੇ ਬਰਫ਼ ਨੂੰ, ਬਰਫ਼ ਦੇ ਕੁੰਡ ਜਿੱਥੇ ਇਸ ਸਮੇਂ ਬਰਫ਼ ਦੇ ਨਾਲੋਂ ਲੱਦਿਆ ਹੋਇਆ। ਪਰ ਕਈ ਸ਼ੰਕਾਵਾਦੀ ਸ਼ੰਕਾ ਕਰਦੇ ਨੇ ਵੀ ਬਰਫ਼ ਦੇ ਵਿੱਚ ਸਰੀਰ ਰਹਿ ਨਹੀਂ ਸਕਦਾ, ਇਹ ਕਿਵੇਂ ਹੋ ਸਕਦਾ ਜੀ? ਪਰ ਜਿਹੜਾ ਗੁਰੂ ਕੀ ਬਾਣੀ ਪੜ੍ਹਦਾ ਉਹ ਇਹ ਸ਼ੰਕਾ ਨਹੀਂ ਕਰ ਸਕਦਾ। ਜਿਹੜਾ ਨਾ ਪੜ੍ਹਦਾ ਹੋਵੇ, ਜਿਹਨੂੰ ਗੁਰਬਾਣੀ ਦਾ ਕੁਛ ਗਿਆਨ ਨਾ ਹੋਵੇ, ਉਹ ਤਾਂ ਸ਼ੰਕਾਵਾਦੀ ਸ਼ੰਕਾ ਕਰਦੇ ਨੇ। ਪਰ ਜਿਹੜੇ ਗੁਰਬਾਣੀ ਪੜ੍ਹਦੇ ਨੇ ਉਹ ਇਹ ਗੱਲ ਨੂੰ, ਨੁਕਤੇ ਨੂੰ ਸਮਝ ਜਾਂਦੇ ਨੇ ਕਿ ਜਿਸ ਦੇ ਹਿਰਦੇ ਚ ਵਾਹਿਗੁਰੂ ਦਾ ਨਾਮ ਚਲਾ ਜਾਂਦਾ ਹੈ, ਨਾ ਉਹਦੇ ਤੇ ਗਰਮੀ ਆਪਣਾ ਅਸਰ ਕਰ ਸਕਦੀ ਹੈ ਤੇ ਨਾ ਉਹਦੇ ਤੇ ਸਰਦੀ ਆਪਣਾ ਅਸਰ ਕਰ ਸਕਦੀ ਹੈ। ਉਸਨ ਸੀਤ ਸੰਸਰ ਸਭ ਤਾਕ ਹੈ। ਜਿਹਦੇ ਹਿਰਦੇ ਚ ਨਾਮ ਵਸ ਜਾਂਦਾ ਹੈ, ਜਿਹੜੀ ਆਤਮਾ ਨਾਮ ਚ ਜੁੜ ਜਾਂਦੀ ਹੈ, ਤੇ ਦੂਜੀ ਗੱਲ ਇਹ ਹੈ ਜਿਹਨੂੰ ਵਾਹਿਗੁਰੂ ਨੇ ਰੱਖਣਾ ਹੈ ਉਹਨੂੰ ਮਾਰਨ ਵਾਲੀ ਕਿਹੜੀ ਚੀਜ਼ ਹੈ? ਆਪਾਂ ਸੁਖਮਨੀ ਸਾਹਿਬ ਦਾ ਪਾਠ ਰੋਜ਼ ਆਪਾਂ ਪੜ੍ਹਦੇ ਹਾਂ ਜਾਂ ਸੁਣਦੇ ਹਾਂ। ਸਤਿਗੁਰੂ ਕਹਿੰਦੇ, ਜਿਸ ਕਾ ਸਾਸ ਨਾ ਤਾੜਤ ਆਪ, ਤਾਂ ਕੋ ਰਾਖਤ ਦੇ ਕਰ ਹਾਥ। ਵਾਹਿਗੁਰੂ ਨੇ ਆਪਣੀ ਇੱਛਾ ਅਨੁਸਾਰ ਜਿਹਨਾਂ ਤੋਂ ਆਪਣੀ ਭਗਤੀ ਕਰਾਉਣੀ ਹੈ, ਜਿਹਨਾਂ ਨੂੰ ਅਜੇ ਸੰਸਾਰ ਤੇ ਰੱਖਣਾ ਹੈ, ਸਤਸੰਗਤ ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ।
इस वास्ते आपां पोह दे महीने दे जदों पाठ करदे ना भोख तुखार ना व्यापई कंठ मिलिया हर नाहो मन बेदिया चरनार बिंद दर्शन लगड़ा साहो इहदी आपां व्याख्या करिए ना ते स्पष्ट हो जांदा है कि नाम जपण वालियां नूं ਇਹ ਜੋ ਛੱਦੀ ਹੈ ਬਰਫ ਹੈ ਉਹਨਾਂ ਦਾ ਕੱਖ ਨਹੀਂ ਵਿਗਾੜ ਸਕਦੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੇਮਕੁੰਟ ਪਰਬਤ ਹੈ ਜਹਾਂ ਸਤ ਸ੍ਰਿੰਗ ਸੋਭਤ ਹੈ ਤਹਾਂ ਸਭ ਸ੍ਰਿੰਗ ਤੈ ਨਾਮ ਕਹਾਵਾ ਪੰਡ ਰਾਜ ਹੈ ਜੋਗ ਕਮਾਵਾ ਤੈ ਹਮ ਅਧਿਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਅਰਾਧੇ। ਕਈ ਉਹਨੇ ਇੱਥੇ ਵੀ ਸ਼ੱਕ ਕਰਦੇ ਨੇ ਵੀ ਸ਼ਾਇਦ ਕਾਲਕਾ ਦੇਵੀ ਦੀ ਉਹਨਾਂ ਨੇ ਆਰਾਧਨਾ ਕੀਤੀ ਹੈ, ਗਲਤ ਹੈ। ਜਿਹੜੀ ਐਸੀ ਅਕਾਲ ਪੁਰਖ ਦੀ ਸ਼ਕਤੀ ਕਾਲ ਦਾ ਵੀ ਕਾਲ ਕਰ ਦੇਣ ਵਾਲੀ ਮਹਾਕਾਲ ਸ਼ਕਤੀ ਦੀ ਆਰਾਧਨਾ ਕੀਤੀ ਹੈ। ਵੇਖੋ ਨਾਮ ਕਿਸੇ ਇੱਕ ਮਨੁੱਖ ਦਾ ਵੀ ਹੋ ਸਕਦਾ, ਕਿਸੇ ਹੋਰ ਦਾ ਵੀ ਹੋ ਸਕਦਾ। ਇਹ ਕਾਲਕਾ ਦੇਵੀ ਦੇ ਇਕੱਲਾ ਨਾਮ ਨਹੀਂ, ਸਤਿਗੁਰੂ ਕਹਿੰਦੇ ਨੇ ਮਹਾਕਾਲ ਕਾਲਕਾ ਅਰਾਧੀ, ਜਿਹੜੀ ਸ਼ਕਤੀ ਮਹਾਕਾਲ ਦਾ ਵੀ ਕਾਲ ਕਰ ਦੇਣ ਵਾਲੀ ਹੈ। ਕਹਿਣ ਲੱਗੇ ਸੀ ਉਸ ਸ਼ਕਤੀ ਦੀ ਆਰਾਧਨਾ ਕੀਤੀ ਹੈ, ਉਹਦਾ ਨਾਮ ਜਪਿਆ ਅਕਾਲ ਪੁਰਖ ਦਾ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹੀ ਰੂਪ ਸਨ ਗੁਰੂ ਨਾਨਕ ਸਾਹਿਬ ਦਾ। ਉਹਨਾਂ ਨੇ ਆਪ ਇਹ ਸਿੱਖ ਧਰਮ ਦੀ ਨੀਂਹ ਰੱਖੀ ਕਿ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਣਾ। ਪੂਜਾ ਅਕਾਲ ਕੀ, ਕਲਗੀ ਧਰ ਦੇ ਆਪਦੇ ਇਹ ਬਚਨ ਨੇ ਕਿ ਪੂਜਾ ਅਕਾਲ ਦੀ ਕਰਨੀ ਹੈ। ਇਸ ਕਰਕੇ ਸਤਿਗੁਰੂ ਦਿਖਦੇ ਨੇ ਮਹਾਕਾਲ ਕਾਲਕਾ ਅਰਾਧੀ ਇਹ ਵਿਦ ਕਰਤ ਤਪੱਸਿਆ ਪਾਇਓ ਦੁਆ ਤੇ ਏਕ ਰੂਪ ਹੋਵੇ ਗਏ। ਕਹਿਣ ਲੱਗੇ ਤਪੱਸਿਆ ਕਰਦਿਆਂ ਕਰਦਿਆਂ ਭਜਨ ਬੰਦਗੀ ਕਰਦਿਆਂ ਕਰਦਿਆਂ ਕਹਿਣ ਲੱਗੇ ਇੱਕ ਦਿਨ ਸਾਡੀ ਭਜਨ ਬੰਦਗੀ ਨੂੰ ਫੜ ਲੱਗਿਆ, ਇਹ ਭਗਤੀ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਗਈ। ਮਾਤ ਲੋਕ ਦੇ ਵਿੱਚ ਬੜੇ ਭਾਰੀ ਜ਼ੁਲਮ ਹੋਣੇ ਸ਼ੁਰੂ ਹੋ ਗਏ। ਅਕਾਲ ਪੁਰਖ ਨੇ ਆਪਣੀ ਦ੍ਰਿਸ਼ਟੀ ਮਾਰੀ ਕਿ ਇਹਨਾਂ ਨੂੰ ਮੈਂ ਆਪਣਾ ਰੂਪ ਦੇ ਕੇ ਆਪਣੀ ਸ਼ਕਤੀ ਦੇ ਕੇ ਮਾਤ ਲੋਕ ਚ ਭੇਜਾਂ ਜਿਹੜੇ ਇਹ ਜ਼ੁਲਮ ਦਾ ਮੁਕਾਬਲਾ ਕਰ ਸਕਣ, ਜ਼ੁਲਮ ਦਾ ਨਾਸ਼ ਕਰ ਸਕਣ। ਔਰ ਜਦੋਂ ਦ੍ਰਿਸ਼ਟੀ ਮਾਰੀ ਤੇ ਅਕਾਲ ਪੁਰਖ ਦੀ ਦ੍ਰਿਸ਼ਟੀ ਦੁਸ਼ਟ ਦਮਨ ਗੁਰੂ ਗੋਬਿੰਦ ਸਿੰਘ ਤੇ ਪਈ। ਇਹ ਵਿਦ ਕਰਤ ਤਪੱਸਿਆ ਪਾਇਓ ਦੁਆ ਤੇ ਏਕ ਰੂਪ ਹੋਵੇ ਗਏ। ਸਤਿਗੁਰੂ ਕਹਿੰਦੇ ਸੀ ਦੋਨਾਂ ਤੋਂ ਇੱਕ ਰੂਪ ਹੋ ਗਏ, ਅਭੇਦਤਾ ਹੋ ਗਈ। ਅੱਗੇ ਬਚਨ ਕਰਦੇ ਨੇ ਤਾਤ ਮਾਤ ਮੁਰ ਅਲਖ ਅਰਾਧਾ, ਮੇਰੇ ਮਾਤਾ ਪਿਤਾ ਨੇ ਵੀ ਬੜੀ ਭਜਨ ਬੰਦਗੀ ਕੀਤੀ ਹੈ। ਵੇਖੋ ਜੇ ਕੋਈ ਐਸੇ ਗੁਰੂ ਨੂੰ ਜਨਮ ਦੇਣਾ ਤੇ ਮਾਂ ਦੀ ਵੀ ਬੰਦਗੀ ਬੰਦਗੀ ਕੋਈ ਘੱਟ ਨਹੀਂ ਹੁੰਦੀ। ਜਦੋਂ ਕਿਸੇ ਮਹਾਂਪੁਰਖ ਨੂੰ ਕਿਸੇ ਬੰਦਗੀ ਵਾਲੇ ਨੂੰ ਦੁਨੀਆਂ ਤੇ ਭੇਜਣਾ ਹੈ ਤੇ ਅਕਾਲ ਪੁਰਖ ਦੇਖਦਾ ਵੀ ਮਾਂ ਵੀ ਉਹੋ ਜਿਹੀ ਚਾਹੀਦੀ, ਪਿਤਾ ਵੀ ਉਹੋ ਜਿਹਾ ਚਾਹੀਦਾ ਹੈ। ਸਤਸੰਗ ਤੇ ਇੱਕ ਥੁੱਚ ਜੀ ਵਿਚਾਰ ਹੈ, ਇੱਕ ਬਾਬਾ ਬੀਰਮ ਦਾਸ ਜੀ ਹੋਏ ਨੇ ਜੰਗਲਾਂ ਦੇ ਵਿੱਚ ਤਪੱਸਿਆ ਕਰਦੇ ਸੀ, ਭਜਨ ਸਿਮਰਤ ਰਹਿੰਦੇ ਸੀ, ਕਿਸੇ ਨੂੰ ਨੇੜੇ ਨਹੀਂ ਸੀ ਆਉਣ ਦਿੰਦੇ। ਤੇ ਸੰਤ ਸੁੰਦਰ ਸਿੰਘ ਜੀ ਪਿੰਡਰਾਂਵਾਲੇ ਦੇ ਪਿਤਾ ਜੀ ਉਹ ਅੰਮ੍ਰਿਤਧਾਰੀ ਗੁਰਸਿੱਖ ਬਾਣੀ ਪੜ੍ਹਨ ਵਾਲੇ ਸਨ, ਉਹ ਮਿਲਣ ਚਲੇ ਗਏ ਤੇ ਉਹਨਾਂ ਨੂੰ ਕਹਿੰਦੇ ਆ ਜਾਓ ਕੀ ਲੈਣ ਆਏ ਹੋ। ਕਹਿਣ ਲੱਗੇ ਮਹਾਰਾਜ ਪੁੱਤਰ ਚਾਹੀਦਾ, ਪੁੱਤਰ ਵੀ ਬ੍ਰਹਮ ਗਿਆਨੀ ਹੋਵੇ। ਉਹ ਕਹਿਣ ਲੱਗੇ ਜੇ ਬ੍ਰਹਮ ਗਿਆਨੀ ਚਾਹੀਦਾ
ਤੇ ਮਾਂ ਪਿਓ ਨੂੰ ਬੜੀ ਵੱਡੀ ਭਜਨ ਬੰਦੀ ਕਰਨੀ ਪੈਂਦੀ, ਐਵੇਂ ਬ੍ਰਹਮ ਗਿਆਨੀ ਨਹੀਂ ਆਉਂਦੇ। ਉਹਨਾਂ ਨੇ ਪਾਠ ਲਾਏ ਵੀ ਤੁਸੀਂ ਇੰਨੇ ਸੁਖਮਨੀ ਸਾਹਿਬ ਦੇ ਪਾਠ ਕਰਨੇ ਨੇ, ਬੀਬੀ ਇੰਨੇ ਪਾਠ ਜਪਜੀ ਸਾਹਿਬ ਦੇ ਕਰੇ, ਫਿਰ ਕੋਈ ਬ੍ਰਹਮ ਗਿਆਨੀ ਆ ਸਕਦਾ। ਸਾਸਕਤੋ ਨੇਤਰੇਮ ਦੋਨੋਂ ਜੀ ਕਰਦੇ ਰਹੇ ਤੇ ਤਾਂ ਸੰਤ ਸੁੰਦਰ ਸਿੰਘ ਭਿੰਡਰਾਂ ਵਾਲੇ ਇਹ ਦੁਨੀਆਂ ਤੇ ਆਏ। ਔਰ ਉਹਨਾਂ ਦੀ ਸੁਰਤ ਨਾਮ ਦੇ ਵਿੱਚ ਜੁੜੀ ਰਹਿੰਦੀ ਹੁੰਦੀ ਸੀ। ਇਸੇ ਤਰ੍ਹਾਂ ਸਾਧ ਸੰਗਤ ਗੁਰੂ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਤਾਤ ਮਾਤ ਮੁਰ ਅਰਖ ਅਰਾਧਾ, ਮੇਰੇ ਮਾਤਾ ਪਿਤਾ ਨੇ ਵੀ ਬੜੀ ਭਜਨ ਬੰਦਗੀ ਕੀਤੀ। ਸਾਧ ਸੰਗਤ ਜੀ, ਜਦੋਂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਆਪਣੇ ਪੋਤਰੇ ਸ੍ਰੀ ਗੁਰੂ ਹਰਿਰਾਇ ਸਾਹਿਬ ਨੂੰ ਗੁਪਤਾ ਗੱਦੀ ਬਖਸ਼ਿਸ਼ ਕੀਤੀ ਤੇ ਮਾਤਾ ਨਾਨਕੀ ਜੀ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਇਹ ਜਿਹੜੇ ਤੇਗ ਬਹਾਦਰ ਜੀ ਹਨ, ਇਹ ਗੁਰਤਾ ਗੱਦੀ ਦੇ ਲਾਇਕ ਸਨ, ਪੁੱਤਰ ਨੂੰ ਗੁਰਤਾ ਗੱਦੀ ਦੇ ਦਿੰਦੇ। ਸਤਿਗੁਰੂ ਚੁੱਪ ਰਹਿ। ਜਦੋਂ ਫਿਰ ਮਾਤਾ ਜੀ ਨੇ ਵਚਨ ਕੀਤਾ, ਹਜ਼ੂਰ ਨੇ ਇੱਕ ਕਟਾਰ, ਇੱਕ ਰੁਮਾਲ, ਇੱਕ ਪੋਥੀ ਦੇ ਕੇ ਕਹਿਣ ਲੱਗੇ, ਤੁਸੀਂ ਬਾਬੇ ਬੁਕਾਰੇ ਜਾਓ, ਇਹਨਾਂ ਨੇ ਉੱਥੇ ਭਜਨ ਸਿਮਰਨ ਕਰਨਾ ਹੈ, ਇਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ। ਕਿਉਂਕਿ ਇਹਨਾਂ ਨੇ ਹਿੰਦੂ ਧਰਮ ਨੂੰ ਬਚਾਉਣਾ ਹੈ, ਇਹ ਜ਼ੁਲਮ ਦੀ ਜਿਹੜੀ ਤਲਵਾਰ ਚੱਲੇਗੀ ਇਹ ਆਪਣੀ ਗਰਦਨ ਤੇ ਰੋਕ ਕੇ ਖੁੰਡੀ ਕਰ ਦੇਣਗੇ। ਅਜੇ ਭਜਨ ਬੰਦਗੀ ਦੀ ਲੋੜ, ਸਮਾਂ ਆਏਗਾ ਇਹਨਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਏਗੀ ਔਰ ਬਾਬੇ ਬਕਾਲੇ ਹੀ ਹੋਏਗੀ। ਸਾਧ ਸੰਗਤ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬਾਬੇ ਬਕਾਲੇ ਬੰਦਗੀ ਕੀਤੀ। ਉਹ ਤਾਂ ਬੰਦਗੀ ਚ ਜੁੜੇ ਹੀ ਹੋਏ ਸੀ ਨਾ, ਤੇ ਮਾਤਾ ਜੀ ਵੀ, ਮਾਤਾ ਗੁਜਰ ਕੌਰ ਸਾਹਿਬ ਜੀ ਵੀ, ਸਾਧ ਸੰਗਤ ਉਹਨਾਂ ਨੇ ਵੀ ਭਜਨ ਬੰਦਗੀ ਕੀਤੀ। ਤਾਤ ਮਾਤ ਮੁਰ ਅਣਖ ਅਰਾਧਾ, ਬਹੁਬਿਧ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਾਕੀ ਸੇਵਾ, ਤਾਤੇ ਪੈ ਪ੍ਰਸੰਨ ਗੁਰਦੇਵਾ। ਕਹਿਣਗੇ, ਮੇਰੇ ਮਾਤਾ ਪਿਤਾ ਨੇ ਜੋ ਸਿਮਰਨ ਭਗਤੀ ਕੀਤੀ, ਇੱਕ ਬਚਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਹੋਰ ਕੀਤਾ ਸੀ। ਕਹਿਣ ਲੱਗੇ, ਤੁਹਾਡੇ ਘਰ ਜਿਹੜਾ ਪੋਤਰਾ ਆਏਗਾ ਨਾ, ਬੜਾ ਪ੍ਰਤਾਪੀ ਹੋਵੇਗਾ, ਉਹਦੇ ਵਰਗਾ ਉਹੀ ਹੋਏਗਾ ਜੋ ਉਹ ਕਰ ਦੇਗਾ, ਹੋਰ ਕੋਈ ਨਹੀਂ ਕਰ ਸਕੇਗਾ। ਸਮਾਂ ਆਏਗਾ। ਮਾਤਾ ਨਾਨਕੀ ਜੀ ਨੇ ਇਹ ਬਚਨ ਆਪਣੇ ਹਿਰਦੇ ਚ ਸੰਭਾਲ ਕੇ ਰੱਖੇ ਕਿ ਮੇਰੇ ਘਰ ਸਮਾਂ ਆਏਗਾ, ਇੱਕ ਪੋਤਾ ਹੋਏਗਾ ਜਿਹੜਾ ਆਪਣੀ ਮਿਸਾਲ ਆਪ ਹੋਏਗਾ। ਤੇ ਸਾਧ ਸੰਗਤ, ਤਾਤ ਮਾਤ ਮੁਰ ਅਰਖ ਅਰਾਧਾ, ਬਹੁਬਿਧ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਾਕੀ ਸੇਵਾ, ਤਾਤੇ ਪੈ ਪ੍ਰਸੰਨ ਗੁਰਦੇਵਾ। ਤਿੰਨ ਪ੍ਰਭ ਜਬ ਆਇਸ ਮੋਹੇ ਦੀਆ, ਆਇਸ ਮੈਨੇ ਆ ਗਿਆ। ਕਹਿਣ ਲੱਗੇ, ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੈਨੂੰ ਆਗਿਆ ਕੀਤੀ। ਇੱਕ ਹੋਰ ਬਚਨ ਆਉਂਦਾ ਹੈ, ਮੁਰਪਿਤ ਪੂਰਬ ਕੀ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬੀ ਜਾਤ ਤ੍ਰਿਬੈਣੀ ਭਏ। ਜਦੋਂ ਸਤਿਗੁਰੂ ਤ੍ਰਿਬੈਣੀ ਤੇ ਗਏ ਨੇ ਨਾ, ਉਸ ਸਮੇਂ ਮਾਤਾ ਨਾਨਕੀ ਜੀ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਬਚਨ ਕਹੇ। ਕਹਿਣ ਲੱਗੇ, ਪੁੱਤਰ ਤੁਹਾਡੇ ਗੁਰਦੇਵ ਪਿਤਾ ਵੱਡੇ ਸਤਿਗੁਰਾਂ ਦੇ ਬਚਨ ਨੇ ਕਿ ਤੇਰੇ ਘਰ ਬੜਾ ਤੇਜ ਪ੍ਰਤਾਪੀ
ਪੋਤਾ ਹੋਏਗਾ। ਮੈਂ ਉਹਨਾਂ ਦਿਨਾਂ ਨੂੰ ਉਡੀਕ ਰਹੀ ਹਾਂ, ਅਜੇ ਤੱਕ ਦਿਨ ਨਹੀਂ ਆਏ ਤੇ ਮੇਰਾ ਸਰੀਰ ਬਿਰਧ ਹੋ ਗਿਆ। ਕੀ ਮੈਂ ਆਪਣੀਆਂ ਅੱਖਾਂ ਦੇ ਨਾਲ ਉਹਨਾਂ ਦੇ ਦਰਸ਼ਨ ਕਰ ਲਵਾਂਗੀ? ਕੀ ਮੈਂ ਆਪਣੀ ਗੋਦ ਵਿੱਚ ਉਹਨਾਂ ਨੂੰ ਲੋਰੀਆਂ ਦੇ ਸਕਾਂਗੀ? ਸਤ ਸੰਗਤ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਚਨ ਕੀਤੇ, ਕਹਿਣ ਲੱਗੇ ਮਾਤਾ ਜੀ ਹੋਰ ਭਜਨ ਬੰਦਗੀ ਕਰੋ, ਸਮਾਂ ਨੇੜੇ ਹੈ। ਤੇ ਸਤਿਗੁਰੂ ਬਚਿੱਤਰ ਨਾਥ ਬਿਰਦੇ ਨੇ ਜਾਬੀ ਜਾਤ ਤਿਰਬੈਣੀ ਭਏ ਪੁੰਨ ਦਾਨ ਦਿਨ ਕਰਤ ਬਿਤੈ ਤਹੀ ਪ੍ਰਕਾਸ਼ ਆਮਾਰਾ ਪਇਓ। ਕਹਿ ਲੱਗੇ ਉਸ ਜਗ੍ਹਾ ਤੇ ਸਾਡਾ ਮਾਤਾ ਦੇ ਉਦਰ ਚ ਪ੍ਰਕਾਸ਼ ਹੋ ਗਿਆ ਸੀ। ਤਹੀ ਪ੍ਰਕਾਸ਼ ਹਮਾਰਾ ਭਇਓ, ਪਰ ਜਨਮ ਕਿੱਥੇ ਹੋਇਆ? ਪਟਨਾ ਸ਼ਹਿਰ ਵਿਖੇ ਪਵਲ ਹੈ, ਪਟਨਾ ਸਾਹਿਬ ਦੀ ਪਵਿੱਤਰ ਧਰਤੀ ਤੇ ਸਤਿਗੁਰਾਂ ਦਾ ਆਗਮਨ ਹੋਇਆ। ਹਜ਼ੂਰ ਨੇ ਲਿਖਿਆ ਤਿੰਨ ਪ੍ਰਭ ਜਬ ਆਇਸ ਮੋਇਤੀਆ ਤਬ ਹਮ ਜਨਮ ਕਰੂ ਮੈਂ ਲਿਆ। ਇਸ ਤੋਂ ਪਹਿਲਾਂ ਬਚਨ ਹੋਰ ਵੀ ਹੋਏ, ਉਹ ਕਿਹੜੇ ਸਨ? ਅਕਾਲ ਪੁਰਖ ਵਾਹਿਗੁਰੂ ਜੀ ਨੇ ਬਚਨ ਕੀਤੇ, ਇਹਦੇ ਨਾਲ ਲਿਖਿਆ ਅਕਾਲ ਪੁਰਖ ਬਾਚ ਚੌ ਪਈ ਮੈਂ ਆਪਣਾ ਸੁਤ ਤੋਹੇ ਨਿਵਾਜਾ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਕਾਲ ਪੁਰਖ ਨੇ ਬਚਨ ਕੀਤੇ, ਕਹਿਣ ਲੱਗੇ ਮੈਂ ਤੈਨੂੰ ਆਪਣਾ ਪੁੱਤਰ ਬਣਾ ਲਿਆ, ਤੂੰ ਮੇਰਾ ਪੁੱਤਰ ਹੈ। ਪੁੱਤਰ ਦੇ ਵਿੱਚ ਤੇ ਪਿਤਾ ਚ ਕੋਈ ਅੰਤਰ ਨਹੀਂ, ਜੋ ਕੁਛ ਮੇਰਾ ਹੈ ਉਹ ਤੇਰਾ। ਦੇਖੋ ਜੋ ਕੁਛ ਪਿਤਾ ਦਾ ਉਹ ਪੁੱਤਰ ਦਾ ਹੈ। ਮੈਂ ਆਪਣਾ ਸੁਤੋਹੇ ਨਿਵਾਜਾ ਪੰਥ ਪਰਚਮ ਕਰਵੇ ਕੋ ਸਾਜਾ। ਇਹ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਪੰਥ ਦੀ ਨੀਂਹ ਰੱਖੀ ਹੈ ਉਹਦੀ ਤੁਸੀਂ ਸੰਪੂਰਨਤਾ ਕਰਨੀ ਹੈ, ਪੰਥ ਦਾ ਪ੍ਰਚਾਰ ਕਰਨਾ ਹੈ, ਧਰਮ ਨੂੰ ਫੈਲਾਉਣਾ ਹੈ। ਜਾਏ ਤਾਂ ਤੁਮ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ। ਤੁਸੀਂ ਮਾਤ ਲੋਕ ਚ ਜਾਣਾ, ਉੱਥੇ ਜਾ ਕੇ ਤੁਸੀਂ ਧਰਮ ਫੈਲਾਉਣਾ ਹੈ, ਜੀਵਾਂ ਨੂੰ ਸੱਚ ਨਾਲ ਜੋੜਨਾ ਤੇ ਜ਼ੁਲਮ ਦਾ ਖਾਤਮਾ ਕਰਨਾ। ਕਬੁੱਧ ਕਰਨ ਤੇ ਲੋਕ ਹਟਾਏ, ਕਬੁੱਧ ਦਾ ਅਰਥ ਖੋਟੀ ਬੁੱਧੀ, ਜਿਹੜੇ ਖੋਤੀ ਬੁੱਧੀ ਵਾਲੇ ਕੌਣ? ਜਿਹੜੇ ਜ਼ੁਲਮ ਕਰਨ ਵਾਲੇ ਜ਼ਾਲਮ, ਉਹਨਾਂ ਜ਼ਾਲਮਾਂ ਦਾ ਨਾਸ਼ ਕਰਨਾ, ਉਹਨਾਂ ਦੁਸ਼ਟਾਂ ਦਾ ਨਾਸ਼ ਕਰਨਾ, ਇਹ ਅਕਾਲ ਪੁਰਖ ਵੱਲੋਂ ਡਿਊਟੀ ਲੱਗ ਰਹੀ। ਸਤਿਗੁਰੂ ਕਹਿਣ ਲੱਗੇ ਖਾਲਸਾ ਜੀ ਚਿੱਤ ਨਾ ਭਇਓ ਹਮਰਾ ਆਵਨ ਕਹਿ। ਸਾਡਾ ਇਹ ਮਾਤ ਲੋਕ ਤੇ ਆਉਣ ਵਾਸਤੇ ਦਿਲ ਨਹੀਂ ਸੀ ਕਰਦਾ, ਚਿੱਤ ਨਹੀਂ ਸੀ ਕਰਦਾ। ਖਾਲਸੇ ਨੇ ਪੁੱਛਿਆ ਕਿ ਸਤਿਗੁਰੂ ਕਿਉਂ ਇਸ ਮਨੁੱਖਾ ਜਨਮ ਵਾਸਤੇ ਦੇਵੀ ਦੇਵਤੇ ਲੋਚਦੇ ਨੇ? ਇਸ ਦੇਹੀ ਕੋ ਸਿਮਰੈ ਦੇਵ, ਪਰ ਆਦਿ ਦਾ ਕਿਉਂ ਮਨ ਨਹੀਂ ਸੀ ਕਰਦਾ ਆਉਣ ਨੂੰ? ਤੇ ਸਤਿਗੁਰਾਂ ਨੇ ਬਚਨ ਕੀਤੇ ਸਨ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਸਾਡੀ ਜਿਹੜੀ ਸੁਰਤੀ ਸੀ ਨਾ, ਉਹ ਵਾਹਿਗੁਰੂ ਦੇ ਚਰਨਾਂ ਵਿੱਚ ਚੁੱਭੀ ਹੋਈ ਸੀ, ਲੱਗੀ ਹੋਈ ਸੀ, ਬ੍ਰਹਮਾ ਆਨੰਦ ਹਿਰਦੇ ਦੇ ਵਿੱਚ ਭਰਪੂਰ। ਉਹ ਆਨੰਦ ਸਾਨੂੰ ਐਸਾ ਸੀ, ਸਾਡੇ ਤੋਂ ਇਹ ਆਨੰਦ ਛੁੱਟ ਨਾ ਜਾਏ।
ਸਾਧ ਸੰਗਤ ਜਿਵੇਂ ਗੁਰੂ ਅਮਰਦਾਸ ਮਹਾਰਾਜ ਨੇ ਇਹ ਬਚਨ ਕਹੇ ਨੇ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਜਿਹੜਾ ਅਸਲੀ ਆਨੰਦ ਹੈ ਨਾ, ਉਹ ਤਾਂ ਗੁਰੂ ਦੇ ਕੋਲ ਏ, ਗੁਰੂ ਸਿੱਖ ਨੂੰ ਦਿੰਦਾ ਹੈ। ਬਾਕੀ ਤਾਂ ਫੋਕੇ ਹੀ ਆਨੰਦ ਨੇ। ਇੱਕ ਸਕਿੰਤ ਦਾ ਆਨੰਦ, ਪ੍ਰਸ਼ਾਦਾ ਬੜਾ ਸਵਾਦ ਲੱਗੇ, ਆਨੰਦ ਆ ਗਿਆ ਚੱਕਣ ਦਾ। ਇਹ ਕੋਈ ਖਾਸ ਆਨੰਦ ਨਹੀਂ। ਜਿਹੜਾ ਆਨੰਦ ਕਦੇ ਵੀ ਆਤਮਾ ਦੇ ਵਿੱਚੋਂ ਵਿਸਰਦਾ ਨਹੀਂ, ਸਾਧ ਸੰਗਤ ਜੇਕਰ ਸਰਬੰਸ ਵੀ ਵਾਰ ਦਿੱਤਾ ਤੇ ਕਲਗੀਧਰ ਦਾ ਆਨੰਦ ਨਹੀਂ ਸੀ ਵਿਸਰਿਆ। ਸਾਧ ਸੰਗਤ ਕਿਸੇ ਵੀ ਹਾਲਾਤਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦ ਵਿੱਚ ਫਰਕ ਨਹੀਂ ਪਿਆ, ਆਨੰਦ ਉਹੀ ਸੀ। ਸਾਹਿਬਜ਼ਾਦੇ ਸ਼ਹੀਦ ਹੋ ਗਏ, ਆਨੰਦ ਉਹੀ ਉਹੀ ਆਨੰਦ ਹੈ। ਚਿਹਰੇ ਤੇ ਕੋਈ ਨਿਰਾਸ਼ਤਾ ਵਾਲਾ ਚਿੰਨ੍ਹ ਨਹੀਂ, ਬਲਕਿ ਚੜ੍ਹਦੀ ਕਲਾ ਦੇ ਜਕਾਰੇ ਛੱਡ ਰਹੇ ਨੇ। ਐਸਾ ਕੋਈ ਹੈ? ਇਹ ਭਗਤੀ ਦਾ ਆਨੰਦ ਹੈ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਹਿੰਦੇ ਭਾਈ ਜੀ ਦੇ ਤੇ ਪਿਆਰਾ ਵਾਹਿਗੁਰੂ ਕਿਰਪਾ ਕਰ ਦੇਵੇ ਨਾ, ਇਹ ਸਦਾ ਰਹਿਣ ਵਾਲਾ ਆਨੰਦ ਗੁਰੂ ਤੋਂ ਉਹਨਾਂ ਨੂੰ ਮਿਲਦਾ। ਹੁਣ ਜਿਹੜੇ ਆਪ ਹੀ ਗੁਰੂ ਸਾਹਿਬ ਨੇ, ਉਹਨਾਂ ਕੋਲ ਆਨੰਦ ਦੀ ਕੋਈ ਕਮੀ? ਕਰਨੀ ਤਾਂ ਕਹਿਣ ਲੱਗੇ ਸਾਡਾ ਦੁਨੀਆਂ ਤੇ ਆਉਣ ਨੂੰ ਚਿੱਤ ਨਹੀਂ ਸੀ ਕਰਦਾ। ਚਿੱਤ ਨਾ ਭਇਓ ਅਮਰੋ ਆਮਨ ਕਹਿ, ਚੁਵੀ ਰਹੀ ਸੁਰਤ ਪ੍ਰਭ ਚਰਨਨ ਮੈਂ। ਸਾਡੇ ਵਾਹਿਗੁਰੂ ਦੇ ਚਰਨਾਂ ਵਿੱਚ ਸੁਰਤ ਲੱਗੀ ਹੋਈ ਸੀ, ਪਰ ਇਹ ਜਦੋਂ ਫੁਰਨਾ ਉੱਠਿਆ ਉਦੋਂ ਹੀ ਵਾਹਿਗੁਰੂ ਜੀ ਨੇ ਅਕਾਲ ਪੁਰਖ ਨੇ ਬਚਨ ਕਰਦੇ ਨੇ ਕਿ ਮੈਂ ਤੁਹਾਨੂੰ ਆਮ ਦੁਨੀਆਂ ਦੀ ਤਰ੍ਹਾਂ ਨਹੀਂ ਭੇਜਣ ਲੱਗਿਆ, ਤੁਹਾਨੂੰ ਮੈਂ ਵਿਸ਼ੇਸ਼ ਤੌਰ ਤੇ ਆਪਣਾ ਰੂਪ ਦੇ ਕੇ ਭੇਜਣ ਲੱਗਿਆ। ਮੈਂ ਆਪਣਾ ਸੁਤੋਹੇ ਨਿਵਾਜਾ ਪਦ ਪਰਚਵ ਕਰਵੇ ਕੋ ਸਾਜਾ। ਸਤਿਗੁਰੂ ਕਹਿਣ ਲੱਗੇ ਸਾਡੀ ਡਿਊਟੀ ਅਕਾਲ ਪੁਰਖ ਨੇ ਲਗਾਈ, ਹਮ ਇਹ ਕਾਜ ਜਗਤ ਮੋਹ ਆਏ। ਅਸੀਂ ਇਸ ਮਾਤ ਲੋਕ ਦੇ ਵਿੱਚ ਇਹ ਕੰਮ ਕਰਨ ਵਾਸਤੇ ਆਏ ਹਾਂ। ਇਹ ਕਾਰਨ ਪ੍ਰਮੋਹੇ ਬਿਠਾਇਓ ਤਬ ਆਪ ਜਗਤ ਜਨਮ ਧਰ ਆਇਓ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਕਹਿਣ ਲੱਗੇ ਮੈਂ ਪਰਮ ਪੁਰਖ ਅਕਾਲ ਪੁਰਖ ਦਾ ਦਾਸ ਹਾਂ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਮੋਕੋ ਦਾਸ ਤਵਨ ਕਾ ਜਾਨੋ, ਮੈਨੂੰ ਵਾਹਿਗੁਰੂ ਦਾ ਸੇਵਕ ਸਮਝਿਓ ਜਾਂ ਮੈਂ ਭੇਦ ਨਾ ਰੰਚ ਪਛਾਨੋ। ਜੋ ਹਮਕੋ ਪਰਮੇਸ਼ਰ ਉਚਰੈ, ਅੱਜ ਤਾਂ ਜਨਾ ਖਣਾ ਕਹਿੰਦਾ ਮੈਂ ਰੱਬ ਹਾਂ। ਸਾਧ ਸੰਗਤ ਪੂਰਨ ਕਬੂ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ। ਜਿਹਨੇ ਪੂਰਨਤਾ ਬਖਸ਼ੀਏ ਨਾ, ਉਹ ਪੂਰਨ ਨਹੀਂ ਡੋਲਦੇ ਹੁੰਦੇ। ਕਲਗੀ ਧਰ ਦੇ ਅੰਦਰ ਦੀ ਨਿਮਰਤਾ ਡੋਲ ਡੋਲ ਪੈਂਦੀ ਜੀਵਨ ਚੋਂ। ਇੱਕ ਦਿਨ ਖਾਲਸੇ ਵਾਲੇ ਇਸ਼ਾਰਾ ਕਰਕੇ ਕਹਿੰਦੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਇਹ ਜੋ ਸਾਡਾ ਮਾਣ ਸਤਿਕਾਰ ਇਹ ਸਾਰਾ ਖਾਲਸੇ ਕਰਕੇ ਹੈ। ਯੁੱਧ ਜਿੱਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਵਿਦਿਆ ਲਈ, ਅੱਗ ਆਉ ਕਰੇ ਇਨਹੀ ਕੇ ਪ੍ਰਸਾਦ। ਸਾਰੇ ਖਾਲਸੇ ਵਾਲੇ ਇਸ਼ਾਰਾ ਕਰ ਰਹੇ ਨੇ ਕਿ ਸਾਨੂੰ ਜੋ ਕੁਝ ਮਿਲਿਆ, ਜੋ ਜੰਗਾਂ ਦੇ ਸਾਡੀ ਫਤਿਹ ਹੋਈ,
ਕਹਿਣ ਲੱਗੇ ਉਹ ਵੀ ਖਾਲਸੇ ਦੇ ਕਰਕੇ। ਸਾਧ ਸੰਗਤ ਕਲਗੀਧਰ ਨੇ ਕਦੀ ਇਹ ਨਹੀਂ ਸੀ ਕਿਹਾ ਕਿ ਜਿਹੜੀ ਜੇਤੂ ਹੈ ਸਾਡੀ ਨਹੀਂ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਇਹ ਅਕਾਲ ਪੁਰਖ ਤੇਰੀ ਕਿਰਪਾ ਦੇ ਨਾਲ ਜਿੱਥੇ ਵੀ ਕੋਈ ਬਚਨ ਕਰਨਾ ਅਕਾਲ ਪੁਰਖ ਨੂੰ ਅੱਗੇ ਰੱਖਣਾ, ਇਹ ਚੀਜ਼ ਹੁੰਦੀ ਹੈ। ਆਮ ਮਨੁੱਖ ਆਪਣੇ ਆਪ ਨੂੰ ਅੱਗੇ ਰੱਖਦਾ, ਮੈਂ ਇਹ ਕੰਮ ਕੀਤਾ, ਮੈਂ ਉਹ ਕੰਮ ਕੀਤਾ, ਪਰ ਆਹੀ ਚੀਜ਼ ਹੁੰਦੀ ਹੈ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਜਿੰਨੀ ਗੁਰੂ ਕੀ ਬਾਣੀ ਹੈ ਨਾ ਸਾਧ ਸੰਗਤ, ਜੇ ਆਪਾਂ ਦੋ ਅੱਖਰਾਂ ਚ ਗੱਲ ਕਰੀਏ ਤੇ ਸਿਧਾਂਤ ਇਹ ਹੈ ਵੀ ਮਨੁੱਖ ਤੂੰ ਆਪਣੇ ਅੰਦਰੋਂ ਹਉਮੈ ਨੂੰ ਮਿਟਾ ਦੇ, ਹਉਮੈ ਮਿਟਣ ਦੀ ਦੇਰ ਏ, ਰੱਬ ਤੇਰੇ ਅੰਦਰ ਪ੍ਰਗਟ ਹੋ ਜਾਏਗਾ। ਮਿਲਦਿਆ ਢਿੱਲ ਨਾ ਹੋਵੇ, ਜੇ ਨੀਅਤ ਰਾਸ ਕਰੇ, ਤੇਰੀ ਨੀਅਤ ਹੀ ਰਾਸ ਨਹੀਂ ਹੈ। ਜਿੱਥੇ ਰੱਬ ਨੇ ਆ ਕੇ ਬੈਠਿਆ ਉੱਥੇ ਤਾਂ ਹਉਮੈ ਦੇ ਢੇਰ ਲੱਗੇ ਹੋਏ ਨੇ, ਉੱਥੇ ਤਾਂ ਹਉਮੈ ਠਾਠਾ ਮਾਰਨੀ ਪਈ ਨੇ, ਮੈਂ ਆ ਮੈਂ ਆ। ਸਤ ਸੰਗਤ ਹਉਮੈ ਤੋਂ ਬਚੀਏ। ਸਤਿਗੁਰੂ ਕਹਿੰਦੇ ਜਿੰਨਾ ਚਿਰ ਤੇਰੇ ਚੋਂ ਹਉਮੈ ਨੀ ਨਾ ਨਿਕਲਦੀ ਮਿੱਤਰਾ, ਉਹਨਾਂ ਚਿਰ ਤੇਰਾ ਜੰਮਣਾ ਮਰਨਾ ਵੀ ਨਹੀਂ ਮਿਟਣਾ। ਇਹ ਹਉਮੈ ਨੇ ਤੈਨੂੰ ਮੁੜ ਮੁੜ ਕੇ ਜਨਮ ਦਿਵਾਉਣਾ, ਮੁੜ ਮੁੜ ਕੇ। ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹ ਬੰਧਨਾ ਫਿਰ ਫਿਰ ਜੋਨੀ ਪਾਏ, ਫਿਰ ਫਿਰ ਮੁੜ ਕੇ ਚੂਨਾ ਚ ਭਟਕਦਾ ਫਿਰੇਗਾ। ਜੇ ਤੂੰ ਅੱਜ ਗੁਰੂ ਕਾ ਬਚਨ ਮੰਨ ਕੇ ਹਉਮੈ ਦਾ ਤਿਆਗ ਕਰ ਦੇਵੇ, ਪਰ ਹਉਮੈ ਦੇ ਬੜੇ ਬਰੀਕ ਅੰਸ਼ ਨੇ, ਇਹ ਤਾਂ ਮਿੰਟਾਂ ਚ ਆ ਜਾਂਦੀ। ਸਤਸੰਗ ਜਦੋਂ ਅਸੀਂ ਗੁਰੂ ਦੇ ਲੜ ਲੱਗੀਏ ਨਾ ਤੇ ਗੁਰੂ ਕੇ ਬਚਨ ਮੰਨਣ ਲੱਗ ਜਾਈਏ, ਇਹ ਫਿਰ ਹੌਲੀ ਹੌਲੀ ਨਾਮ ਸਿਮਰਨ ਹਉਮੈ ਨੂੰ ਅੰਦਰੋਂ ਧੋਂਦਾ ਹੈ। ਨਾਮ ਨੇ ਅੰਦਰ ਹਿਰਦੇ ਨੂੰ ਕਲੀਨ ਕਰਨਾ ਹੈ, ਹਉਮੈ ਨੂੰ ਬਾਹਰ ਕੱਢਣਾ ਹੈ, ਅਗਿਆਨਤਾ ਦਾ ਅੰਧੇਰਾ ਬਾਹਰ ਕੱਢਕੇ ਅੰਦਰ ਗਿਆਨ ਦਾ ਦੀਪਕ ਜਲਾਉਣਾ ਹੈ। ਇਸੇ ਵਾਸਤੇ ਭਗਤੀ ਕਰਨੀ ਪੈਂਦੀ ਹੈ, ਇਸੇ ਵਾਸਤੇ ਨਿਤਨੇਮ ਕਰਨਾ ਪੈਂਦਾ ਹੈ, ਧਰਮ ਦੀ ਕਿਰਿਆ ਕਰਨੀ ਪੈਂਦੀ ਹੈ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਮਹਾਰਾਜ ਦੇ ਅੰਦਰ ਦੀ ਨਿਮਰਤਾ, ਕਹਿਣ ਲੱਗੇ ਜੋ ਹਮਕੋ ਪਰਮੇਸ਼ਰ ਉਚਰੇ ਤੇ ਸਭ ਨਰਕ ਕੁੰਟ ਮੈਂ ਪਰ ਹੈ, ਮੈਨੂੰ ਕੋਈ ਪਰਮੇਸ਼ਰ ਨਾ ਕਿਹੋ, ਮੈਂ ਤਾਂ ਪਰਮੇਸ਼ਰ ਦਾ ਸੇਵਕ ਹਾਂ, ਉਹਦਾ ਦਾਸ ਹਾਂ, ਪਰ ਹੈ ਇੱਕੋ ਹੀ ਰੂਪ, ਕੋਈ ਫਰਕ ਕੋਈ ਨਹੀਂ। ਕਹਿਣ ਲੱਗੇ ਹਮ ਇਹ ਕਾਜ ਜਗਤ ਮੋਹ ਆਏ, ਅਸੀਂ ਇਹ ਕੰਮ ਦੁਨੀਆਂ ਚ ਕਰਨ ਆਏ ਹਾਂ, ਧਰਮ ਹੇਤ ਗੁਰਦੇਵ ਬਿਠਾਏ। ਕਹਿੰਦੇ ਉਹ ਗੁਰੂ ਦੇਵ ਅਕਾਲ ਪੁਰਖ ਨੇ ਸਾਨੂੰ ਧਰਮ ਵਾਸਤੇ ਭੇਜਿਆ, ਅਸੀਂ ਕੋਈ ਕਿਸੇ ਨਾਲ ਵੈਰ ਨਹੀਂ ਕਰਨਾ, ਪਰ ਜੋ ਸਾਨੂੰ ਅਕਾਲ ਪੁਰਖ ਨੇ ਕਿਹਾ ਨਾ ਉਹ ਅਸੀਂ ਜ਼ਰੂਰ ਕਰਨਾ, ਉਹਦੇ ਤੁਸੀਂ ਚੁੱਪ ਕਰਕੇ ਨਹੀਂ ਰਹਿਣਾ, ਉਹਦੇ ਤੁਸੀਂ ਪਿੱਛੇ ਨਹੀਂ ਹਟਣਾ। ਜੋ ਸਾਡੀ ਡਿਊਟੀ ਅਕਾਲ ਪੁਰਖ ਨੇ ਲਗਾ ਕੇ ਭੇਜੀ ਹੈ ਉਹਦੇ ਤੋਂ ਬਿਲਕੁਲ ਅਸੀਂ ਸੰਕੋਚ ਨਹੀਂ ਕਰਨਾ, ਸਾਡਾ ਕਿਸੇ ਨਾਲ ਵੈਰ ਭਾਵ ਨਹੀਂ ਹੋਏਗਾ। ਹੁਣ ਸਾਧ ਸੰਗਤ ਫੁੱਲਾਂ ਦੀ ਫੁਲਵਾੜੀ ਹੈ, ਇੱਕ ਬਗੀਚੀ ਬਹੁਤ ਸੁੰਦਰ ਫੁੱਲਾਂ ਦੀ ਲਗਾਈ ਹੋਵੇ ਤੇ ਇੱਕ ਬੂਟੇ ਨੂੰ ਬਿਮਾਰੀ ਲੱਗ ਜਾਏ, ਉਹਦੇ ਨਾਲ ਕਈ ਬੂਟਿਆਂ ਨੂੰ ਲੱਗਣ ਲੱਗ ਜਾਏ ਬਿਮਾਰੀ, ਤੇ ਫਿਰ ਬਿਹਤਰ ਤੇ ਇਹੀ ਨਾ ਵੀ ਉਹ ਬੂਟਾ ਆਪਾਂ ਵਿੱਚੋਂ ਕੱਢ ਦਈਏ, ਬਾਕੀ ਬੂਟੇ ਬਚ ਜਾਣ। ਇਹ ਜਿਹੜਾ ਜ਼ੁਲਮ ਦਾ ਨਾਸ਼ ਕਰਨਾ ਹੈ ਨਾ, ਇਹ ਇਹੀ ਕਾਰਨ ਹੈ ਵੀ ਜਿਹਦੇ ਅੱਗੇ ਜਿਹਨੇ ਜ਼ੁਲਮ ਕਰਨ ਤੇ ਉਤਰ ਆਏ
ਤੇ ਉਹਦਾ ਖਾਤਰਾ ਹੋਵੇ ਤੇ ਜੁਰਮ ਨੂੰ ਠੱਲ ਪੈ ਸਕਦੀ। ਇੱਥੇ ਕੋਈ ਵੈਰ ਵਾਲੀ ਗੱਲ ਨਹੀਂ ਹੈ, ਇਹਨੂੰ ਬੀਰਸ ਕਿਹਾ ਖਾਲਸੇ ਨੇ, ਗੁਰੂ ਸਾਹਿਬ ਨੇ ਇਹਨੂੰ ਬੀਰਸ ਕਿਹਾ। ਸਤਿਗੁਰ ਸਭਨਾ ਦਾ ਭਲਾ ਮਨਾਇੰਦਾ, ਤੇ ਇਸਦਾ ਬੁਰਾ ਕਿਉਂ ਹੋਏ ਜੇ ਕਿਸੇ ਮੁਲਕ ਦਾ ਬਾਦਸ਼ਾਹ ਤਲਵਾਰ ਲੈ ਕੇ ਕਤਲੇਆਮ ਸ਼ੁਰੂ ਕਰ ਦੇਵੇ ਬਈ ਤੂੰ ਇਸਲਾਮ ਧਰਮ ਕਬੂਲ ਕਰ, ਇਸ ਤੋਂ ਵੱਡਾ ਜੁਰਮ ਕੀ ਹੈ? ਜਿਹੜੇ ਬੇਚਾਰੇ ਮਜ਼ਲੂਮ ਗਰੀਬ ਉਹ ਕਤਲ ਹੋ ਰਹੇ ਨੇ, ਅੱਜ ਵੀ ਤੁਸੀਂ ਸਾਧ ਸੰਗਤ ਪਾਕਿਸਤਾਨ ਜਾਓ, ਉਸ ਸਮੇਂ ਦੇ ਜਿਹੜੇ ਵਿਚਾਰੇ ਡਰਦੇ ਬੁਝਦੇ ਵਿਚਾਰੇ ਇਹ ਜੁਰਮ ਦੇ ਅੱਗੇ ਝੁਕ ਗਏ, ਜਿਹੜੇ ਅੱਜ ਉਹ ਮੁਸਲਮਾਨ ਬਣੇ ਹੋਏ ਨੇ, ਉਹਨਾਂ ਦੀਆਂ ਪਿਛਲੀਆਂ ਕਾਸਟਾਂ ਜਿਹੜੀਆਂ ਨੇ ਉਹ ਸਾਰੀਆਂ ਹਿੰਦੂਆਂ ਵਾਲੀਆਂ। ਕੋਈ ਕਲਗੀ ਧਰ ਜੀ ਨੇ ਕਿਹੜੇ ਕੋਈ ਕਬਜ਼ਾ ਤਾਂ ਨਹੀਂ ਕੀਤਾ ਕਿਸੇ ਮੁਲਕ ਦੇ, ਕੋਈ ਕਬਜ਼ਾ ਤਾਂ ਨਹੀਂ ਕੀਤਾ ਉਹਨਾਂ ਨੇ, ਕੋਈ ਸਵਾਰਥ ਤਾਂ ਨਹੀਂ ਕੀਤੇ? ਸਾਰਾ ਇਤਿਹਾਸ ਪੜ੍ਹੋ, ਇਹ ਸਾਰਾ ਜ਼ੁਲਮ ਨੂੰ ਨਾਸ਼ ਕਰਨ ਵਾਸਤੇ ਕੀਤਾ ਹੈ। ਕਿਉਂਕਿ ਦਰਗਾਹ ਤੋਂ ਡਿਊਟੀ ਲੱਗੀ ਹੋਈ ਹੈ, ਹਮ ਇਹ ਕਾਰ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ, ਧਰਮ ਚਲਾਵਨ ਸੰਤ ਉਭਾਰਨ, ਇਹ ਡਿਊਟੀ ਹੈ। ਕਹਿੰਦੇ ਸੀ ਧਰਮ ਚਲਾਉਣਾ ਹੈ, ਧਰਮ ਦੀ ਜੈ ਜੈਕਾਰ ਕਰਾਉਣੀ ਹੈ, ਤੇ ਜਿਹੜੇ ਦੁਸ਼ ਨੇ ਦੁਸ਼ ਸਭਨ ਕੋ ਮੂਲ ਉਪਾਰਨ। ਕਹਿੰਦੇ ਜਿਹੜੇ ਦੁਸ਼ ਨੇ ਉਹਨਾਂ ਨੂੰ ਮੁੜ ਤੋਂ ਪਟਣਾ ਹੈ, ਕਿਉਂਕਿ ਅਕਾਲ ਪੁਰਖ ਦੀ ਸਾਰੀ ਰਚਨਾ ਵੇਖੋ, ਕੀੜੀ ਤੋਂ ਲੈ ਕੇ ਹਾਥੀ ਤੱਕ ਜਿੰਨੇ ਜੀਵ ਨੇ ਉਹ ਅਕਾਲ ਪੁਰਖ ਦਾ ਪਰਿਵਾਰ ਹੈ, ਤੇ ਜੇਕਰ ਉਹਨਾਂ ਜੀਵਾਂ ਦਾ ਕੋਈ ਉਹਨਾਂ ਤੇ ਕੋਈ ਜ਼ੁਲਮ ਢਾਲ ਲੱਗ ਜਾਏ ਤੇ ਉਹ ਪਿਤਾ ਕਿਵੇਂ ਬਰਦਾਸ਼ਤ ਕਰੇਗਾ? ਇਹ ਜ਼ੁਲਮ ਦੇ ਖਿਲਾਫ ਹੀ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਜਿਆ, ਧਰਮ ਚਲਾਵਨ ਸੰਤ ਉਭਾਰਨ ਦੁਸ਼ਸ਼ਬਨ ਕੋ ਮੂਲ ਉਪਾਰਨ, ਯਾਹੀ ਕਾਜ ਤਰਾ ਹਮ ਜਨਮੰ, ਸਮਝ ਲਿਓ ਸਾਧੂ ਸਾਮਨ। ਸਾਡੇ ਜੀਵਨ ਦਾ ਅਰਥ ਇਹੀ ਹੈ, ਜੋ ਸਾਡੇ ਮਾਤਰੂਪ ਵਿੱਚ ਆਉਣ ਦਾ ਅਰਥ ਇਹੀ ਹੈ ਕਿ ਅਸੀਂ ਜ਼ੁਲਮ ਦਾ ਨਾਸ਼ ਕਰਨਾ ਹੈ। ਕਲਗੀਧਰ ਪਾਤਸ਼ਾਹ ਦੀਆਂ ਮਸਾਲਾਂ, ਇਹ ਸਿੱਖ ਧਰਮ ਦੀਆਂ ਮਸਾਲਾਂ ਕਿਤੇ ਨਹੀਂ ਮਿਲਣੀਆਂ। ਅੱਜ ਅਸੀਂ ਬਹੁਤੇ ਬੁੱਧੀਵਾਨ ਹੋ ਗਏ, ਸਿਆਣੇ ਹੋ ਗਏ, ਹੁਣ ਕਹਿੰਦੇ ਸ਼ਾਇਦ ਰੱਬ ਦੀ ਵੀ ਇੰਨੀ ਬੁੱਧੀ ਨਹੀਂ ਜਿੰਨੀ ਸਾਡੀ, ਤੇ ਕਹਿੰਦੇ ਜੀ ਬਾਬਾ ਦੀਪ ਸਿੰਘ ਨੇ ਤਲੀ ਤੇ ਸਿਰ ਰੱਖ ਕੇ ਜੰਗ ਨਹੀਂ ਕੀਤਾ, ਇਹਨੂੰ ਸਾਇੰਸ ਨਹੀਂ ਮੰਨਦੀ, ਵਿਗਿਆਨੀ ਨਹੀਂ ਮੰਨਦੇ। ਵਿਗਿਆਨੀ ਤਾਂ ਕਿਸੇ ਕੁਰਬਾਨੀ ਨੂੰ ਨਹੀਂ ਮੰਨਣਗੇ, ਇਹ ਵਿਗਿਆਨੀਆਂ ਦਾ ਵਿਸ਼ਾ ਹੀ ਨਹੀਂ। ਜੋ ਰੱਬ ਕਰ ਸਕਦਾ, ਜਿਹਨੇ ਦੁਨੀਆਂ ਬਣਾਈ ਉਹ ਕੀ ਨਹੀਂ ਕਰ ਸਕਦਾ? ਬਾਬਾ ਦੀਪ ਸਿੰਘ ਨੇ ਕੁਰਬਾਨੀ ਕੀਤੀ ਤੇ ਅਸੀਂ ਉਹ ਕੁਰਬਾਨੀ ਮਿਟਾਉਣ ਵਾਸਤੇ ਯਤਨ ਕਰਨ ਤੁਰ ਪਏ, ਇਹ ਤਾਂ ਅਸੀਂ ਮਾਣ ਤਾਂ ਕੀ ਕਰਨਾ ਆਪਣੇ ਬਜ਼ੁਰਗਾਂ ਤੇ, ਆਪਣੇ ਸ਼ਹੀਦਾਂ ਤੇ? ਅੱਜ ਅਸੀਂ ਉਲਟਾ ਹੀ ਤੁਰ ਪਏ ਜੀ, ਆਹ ਵੀ ਨਹੀਂ ਹੋ ਸਕਦਾ, ਆਹ ਵੀ ਨਹੀਂ ਹੋ ਸਕਦਾ, ਆਹ ਵੀ ਨਹੀਂ। ਸਾਰਾ ਇਤਿਹਾਸ ਮਿਟ ਜਾਏਗਾ ਇਸ ਤਰ੍ਹਾਂ, ਸਾਰੀਆਂ ਕੁਰਬਾਨੀ ਆ ਮੌਜੂਦਾ ਸਮੇਂ ਤੁਸੀਂ ਸਿੰਘਾਂ ਦੀਆਂ ਕੁਰਬਾਨੀਆਂ ਦੇਖੀਆਂ, ਨੌਜਵਾਨਾਂ ਨੇ ਕੁਰਬਾਨੀਆਂ ਕੀਤੀਆਂ ਨੇ। ਕੋਈ ਹੈ ਐਸਾ ਜਿਹੜਾ ਜੇਲ੍ਹ ਦੇ ਵਿੱਚ ਕੱਲ ਨੂੰ ਫਾਂਸੀ ਦੇਣਾ ਚਾਹੇ ਬਰਫੀਆਂ ਖਾਂਦਾ ਹੋਵੇ, ਉਹ ਬਰਫੀ ਬਣਦਾ ਹੋਵੇ? ਇਸ ਕਰਕੇ ਪਿਆਰੇ ਹੋ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਜੋ ਗੁਰੂ ਕਹਿੰਦਾ ਉਹ ਆਪਾਂ ਮੰਨ ਲਈਏ, ਉਸ ਰਸਤੇ ਤੇ ਚੱਲੀਏ, ਤੇ ਗੁਰੂ ਤੇ ਸ਼ੰਕੇ ਨਾ ਉਠਾਈਏ, ਸ਼ਹੀਦਾਂ ਤੇ ਸ਼ੰਕੇ ਨਾ ਉਠਾਈਏ,
इस करके साध संगत धन गुरु गोबिंद सिंह महाराज जे गुरु गोबिंद सिंह महाराज ये दुनिया ते ना आंदे ते हालात हिंदुस्तान दे कैसे होंदे। कवि संतोख सिंह जी सूरत प्रकाश दे करता वो कहिंदे छाए जाती एकता अनेकता बिलाए जाती होती कुछ इलता कतेबन कुरान की। अजड़े धर्म ग्रंथ ने रोल जाने सी सारे छाए जाती एकता अनेकता बिलाए जाती होती कुचिलता कतेबन कुरान की। पाप परपक जाते धर्म तसक जाते वर्ण गर्क जाते सहित विधान की। देवी देव देवरा संतोष सिंगा दूर होते मूर्त न तन गुरु गोविंद सिंह महाराज मूर्त न होती जाप है करुणा निधान की। तन गुरु गोविंद सिंह साहब जे दुनिया ते ना आंदे ते सात संगत दुनिया दे हालात ही कुछ और होंदे। हो सकता है असि भी अज गुरु ग्रंथ साहब की हजूरी च बैठ के बाणी का आनंद ना लै सकते ऐसे भी हालात बन सकते। इस वास्ते सात संगत ना कहूं आपकी ना कहूं तब की अगर ना होते गुरु गोविंद सिंह सुनत होती सब। ते धन गुरु गोविंद सिंह महाराज ऐसे ने जिन्हां दी बड़ी वड्डी देन है जिन्हां दा कर्ज असीं उतार नहीं सकते। सत्संग काल आपां साहिबजादिआं दी शहीदी दा भी प्रोग्राम मनाउणा है। कलगी धरों का जिगरा भी किसी का नहीं इन पुत्र के शीश पे साडे वाले इशारा किया अपने लाल वाक की असीं कलगी धर की गल सुनी है। अपने साहबजादे वास्ते सानू अपने पुत्र बनाया इन पुत्र के शीश पे हुण सानू यह फैसला करना पएगा भी असीं कलगी धर दे पुत्र बन गए कि नहीं। कलगी धर का पुत्र होंदा किवें दा है उहदा सरूप किवें दा होंदा है उहदे च गुण कहड़े होंदे ने उह गुण धारण करने। इस करके सत संगत जी उह परिवार धनता योग ने यह सारिया एडमिंटन दीआं संगतां धनता योग ने जिहड़ियां कलगी धर गुरु गोबिंद सिंह महाराज उन्हां दा प्रकाश उत्सव बड़ी श्रद्धा प्यार नाल मना रही हैं। सत्संग परसों तो अखंड पाठ साहब आरंभ होए सन ते संगतां ने गुरु के लंगर दे विच बड़े प्यार दे नाल कई तरह के पकवान बना बना के गुरु के प्यार च संगतां नूं छकाए ने। बड़ा भारी मना च धन गुरु गोबिंद सिंह महाराज का प्रकाश उत्सव मनाउण दा चाह है श्रद्धा भावना डोल पै रही है। सतगुरु कृपा करन धन गुरु गोबिंद सिंह महाराज सानू सिखी दी दात बख्शन नशिया तो साडा जीवन बच जाए खंडे बाटे दा अमृत छक के गुरु दे लड़ लग जाइए ता कलगी धर दी खुशी सानू मिलनी है। क्योंकि सतगुरु आप कहते भाई साडी खुशी उहनां नूं मिलेगी जेड़ा खंडे बट का अमर छके। वैसे बख्शिश तो सारे दे करते हैं पर विशेष विशेष जी बख्शिश उन्होंने होगी जेड़ा खंडे बट का अमर छक के कलगी धर के बचन कमावेगा। हुई भुला की खिमा करनी दास पासों बेअंत भुला हो गई होंगे अगे तो सतगुरु कृपा कर अपनी सेवा के योग बना सारिया संगत प्रेरणा फतेह बुलाओ जी। वाहेगुरु जी का खालसा वाहेगुरु जी।